ਨੂੰ ਖੁਸ਼ੀਆਂ ਦੇ ਵਿਹੜੇ 'ਚ ਅਸੀਂ ਜੀਆਂ ਆ ਕਹਿੰਦੇ ਹਾਂ। ਤੁਸੀਂ ਵੀ ਤਿਆਰ ਬੈਠੇ ਹੋਵੋਗੇ ਕਿ ਹਰ ਬੁੱਧਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਖੁਸ਼ੀਆਂ ਦੇ ਵਿਹੜੇ ਦੇ ਵਿੱਚ ਆਪਣੀਆਂ ਕਿਤਾਬਾਂ, ਆਪਣੇ ਸ਼ਬਦ, ਆਪਣੇ ਬੋਲ, ਆਪਣੀ ਨਵੀਂ ਸੋਚ ਤੇ ਸ਼ੇਅਰ ਕਰਨੇ ਆ। ਤੇ ਤੁਸੀਂ ਪਿਆਰੇ ਦਰਸ਼ਕੋ, ਪਹਿਲਾਂ ਤੁਹਾਨੂੰ ਬਹੁਤ ਹੀ ਪਿਆਰ ਭਰੀ ਜੈ ਗੁਰਦੇਵ, ਜੈ ਭੀਮ। ਤੇ ਜਿੱਦਾਂ ਆਪਾਂ ਹਮੇਸ਼ਾ ਹੀ ਗੱਲ ਕਰਦੇ ਆ ਕਿ ਅੱਜ ਆਪਾਂ ਪਹਿਲਾਂ ਸੋਹਣੇ ਸਤਿਗੁਰ ਦਾ ਯੂਨੀਵਰਸ ਕੁਦਰਤ ਦਾ ਸ਼ੁਕਰਾਨਾ, ਤੇ ਫਿਰ ਬਦਲਾਵ ਦੀ ਗੱਲ, ਤਾਂ ਫਿਰ ਆਪਣੇ ਟੌਪਿਕ ਵੱਲ ਚੱਲਾਂਗੇ। ਪਿਆਰੇ ਦਰਸ਼ਕੋ, ਉਹ ਕੁਦਰਤ, ਉਹ ਯੂਨੀਵਰਸ, ਉਹ ਸੋਹਣਾ ਰੱਬ ਜਿਹਨੂੰ ਸਾਰਾ ਹੀ ਸੰਸਾਰ ਮੰਨਦਾ ਆ ਅਤੇ ਮੰਨਣਾ ਵੀ ਚਾਹੀਦਾ ਆ, ਉਹ ਸੋਹਣੇ ਰੱਬ ਨੇ, ਉਹ ਕੁਦਰਤ ਨੇ, ਉਹ ਯੂਨੀਵਰਸ ਨੇ ਪਹਿਲਾਂ ਇਨਸਾਨ ਲਈ ਧਰਤੀ ਸਾਜੀ, ਅਤੇ ਧਰਤੀ ਸਾਜੀ, ਸਵਾਰੀ, ਸ਼ਿੰਗਾਰੀ, ਹਰ ਇੱਕ ਦਾਤ ਦੇ ਨਾਲ, ਹਰ ਇੱਕ ਚੀਜ਼ ਦੇ ਨਾਲ ਜਿਹੜੀ ਕਿ ਇਨਸਾਨ ਨੂੰ ਲੋੜੀਦੀ ਸੀ, ਕਿਉਂਕਿ ਇਨਸਾਨ ਦੀਆਂ ਲੋੜੀਦੀਆਂ ਚੀਜ਼ਾਂ ਪਹਿਲਾਂ ਉਹਨੇ ਪ੍ਰੋਵਾਈਡ ਕੀਤੀਆਂ, ਤਾਂ ਫਿਰ ਪਿਆਰੇ ਦਰਸ਼ਕੋ ਉਹਨੇ ਇਨਸਾਨ ਨੂੰ ਆਪਣੇ ਹੀ ਸਰੂਪ 'ਤੇ, ਆਪਣੇ ਹੀ ਸਰੂਪ 'ਤੇ ਸਾਜਿਆ, ਸਵਾਰਿਆ, ਸ਼ਿੰਗਾਰਿਆ, ਅਤੇ ਫਿਰ ਸ਼ਬਦਾਂ ਦੀ ਪੂੰਜੀ ਅਤੇ ਸਵਾਸਾਂ ਦੀ ਪੂੰਜੀ ਦੇ ਕੇ ਇਸ ਸੰਸਾਰ ਦੇ ਵਿੱਚ ਭੇਜਿਆ, ਅਤੇ ਨਾਲ ਹੁਕਮ ਕੀਤਾ ਕਿ ਜਾਓ ਚੰਗੇ ਕਾਰਜ ਕਰੋ, ਅਤੇ ਇਨਸਾਨ ਕਰ ਰਿਹਾ ਆ। ਪਿਆਰੇ ਦਰਸ਼ਕੋ, ਉਹ ਸੋਹਣੇ ਰੱਬ ਨੂੰ ਕੋਟੀ ਕੋਟੀ ਪ੍ਰਣਾਮ ਕਿ ਉਹਨੂੰ ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ, ਹਰ ਇੱਕ ਚੀਜ਼ ਇਨਸਾਨ ਲਈ ਉਹਨੇ ਪ੍ਰੋਵਾਈਡ ਕੀਤੀ, ਅਤੇ ਫਿਰ ਉਹਨੇ ਇਨਸਾਨ ਨੂੰ ਇਸ ਸੰਸਾਰ ਦੇ ਵਿੱਚ ਭੇਜਿਆ। ਇਹ ਉਹਦਾ ਸ਼ੁਕਰਾਨਾ ਕੁਦਰਤ ਦਾ, ਸੋਹਣੇ ਰੱਬ ਦਾ। ਅਤੇ ਨਾਲ ਆਪਾਂ ਗੱਲ ਕਰਦੇ ਬਦਲਾਓ ਦੀ। ਪਿਆਰੇ ਦਰਸ਼ਕੋ, ਬਦਲਾਓ ਉਹਨਾਂ ਚੀਜ਼ਾਂ ਦੇ ਵਿੱਚ ਆਉਂਦਾ ਆ ਜਿਹੜੀਆਂ ਇਨਸਾਨ ਨੇ ਬਣਾਈਆਂ। ਇਨਸਾਨ ਜਦੋਂ ਤੋਂ ਹੋਣ ਦੇ ਵਿੱਚ ਆਇਆ, ਉਦੋਂ ਤੋਂ ਲੈ ਕੇ ਹੁਣ ਤੱਕਰ, ਜਿੰਨਾ ਵੀ ਇਨਸਾਨ ਨੇ ਬਣਾਈਆਂ ਚੀਜ਼ਾਂ, ਕਾਢਾਂ ਕੱਢੀਆਂ, ਉਹਨਾਂ ਦੇ ਵਿੱਚ ਟਾਈਮ ਟੂ ਟਾਈਮ ਬਦਲਾਓ ਆਇਆ ਅਤੇ ਆਉਂਦਾ ਰਹੇਗਾ। ਇਸੇ ਤਰ੍ਹਾਂ ਉਹ ਜਿਹੜੀਆਂ ਸੋਹਣੇ ਰੱਬ ਦੀਆਂ ਚੀਜ਼ਾਂ ਬਣਾਈਆਂ, ਉਹਨਾਂ ਦੇ ਵਿੱਚ ਕਦੀ ਵੀ ਕੋਈ ਬਦਲਾਓ ਨਹੀਂ ਹੈ। ਹਮੇਸ਼ਾ ਹੱਕ ਅਤੇ ਸੱਚ ਦੀ ਗੱਲ ਕਰਦਾ। ਸੋਹਣੇ ਰੱਬ ਨੇ ਹਰ ਇੱਕ ਨੂੰ ਇੱਕੋ ਜਿਹਾ ਹੱਕ ਦਿੱਤਾ। ਉਹ ਸੋਹਣੇ ਰੱਬ ਨੇ ਕਿਸੇ ਦੇ ਨਾਲ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਰੰਗ ਦਾ ਹੋਵੇ, ਸਭਨਾਂ ਨੂੰ ਇੱਕੋ ਜਿਹਾ ਵਰਤਦਾ। ਉਹ ਕੁਦਰਤ ਦੀਆਂ ਚੀਜ਼ਾਂ ਆਪਾਂ ਜੇ ਗਿਣ ਲੱਗੀਏ ਪਿਆਰੇ ਦਰਸ਼ਕੋ, ਬਹੁਤ ਆ। ਜਿਸ ਤਰ੍ਹਾਂ ਧੁੱਪ ਕਹਿ ਲਓ, ਛਾਂ ਕਹਿ ਲਓ, ਹੋਰ ਇਸ ਤਰ੍ਹਾਂ ਜਿੰਨੀਆਂ ਵੀ ਆਪਾਂ ਗਿਣ ਲਈਏ ਚੀਜ਼ਾਂ, ਕੁਦਰਤੀ ਚੀਜ਼ਾਂ ਜਿਹੜੀਆਂ ਟਾਈਮ ਟੂ ਟਾਈਮ ਮਿਲ ਰਹੀਆਂ ਇਨਸਾਨ ਨੂੰ, ਹਰ ਇੱਕ ਨੂੰ ਇੱਕੋ ਜਿਹੀਆਂ। ਪਰ ਜੋ ਇਨਸਾਨ ਨੇ ਚੀਜ਼ਾਂ ਬਣਾਈਆਂ, ਉਹਨਾਂ ਦੇ ਵਿੱਚ ਟਾਈਮ ਟੂ ਟਾਈਮ ਬਦਲਾਓ ਆ, ਰਿਵਾਜ਼ਾਂ ਦੇ ਵਿੱਚ, ਰਸਮਾਂ ਦੇ ਵਿੱਚ, ਖਾਣਿਆਂ ਦੇ ਵਿੱਚ, ਜਿੰਨੇ ਵੀ ਆਪਾਂ ਗਿਣ ਲਈਏ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਗਿਣਨੇ ਨੂੰ ਜਿੰਨੀਆਂ ਮਰਜ਼ੀ ਗਿਣ ਲਓ, ਹਰ ਇੱਕ ਚੀਜ਼ ਦੇ ਵਿੱਚ ਬਦਲਾਓ ਆ। ਇੱਥੋਂ ਤੱਕ ਕਿ ਬੋਲੀਆਂ ਦੇ ਵਿੱਚ ਵੀ ਬਦਲਾਓ ਆ ਜਾਂਦਾ, ਜਿਹੜੀ ਆਪਾਂ ਪਹਿਲਾਂ ਬੋਲੀ ਬੋਲਦੇ ਹਾਂ, ਥੋੜ੍ਹਾ ਸਮਾਂ ਪਾ ਕੇ ਉਹਦੇ ਵਿੱਚ ਵੀ ਬਦਲਾਓ ਹੁੰਦਾ। ਉਹ ਭਾਵੇਂ ਤੁਹਾਡੀ ਮਦਰ ਟੰਗ ਕਿਉਂ ਨਾ ਹੋਵੇ, ਉਹਦੇ ਵਿੱਚ ਵੀ ਉਹ ਬਦਲਾਓ ਥੋੜ੍ਹਾ ਆਉਂਦਾ ਆ। ਤਾਂ ਇਸੇ ਤਰ੍ਹਾਂ ਪਿਆਰੇ ਦਰਸ਼ਕੋ, ਮੈਂ ਹਰਬੰਸ ਮੇ ਆਪ ਸਭਨਾਂ ਨੂੰ ਦੁਬਾਰਾ ਜੀ ਆਇਆ ਕਹਿੰਦੀ ਹਾਂ, ਬੜੇ ਹੀ ਪਿਆਰ ਸਤਿਕਾਰ ਅਤੇ ਨਿਮਤਾਂ ਦੇ ਨਾਲ ਜੀ ਆਇਆ ਕਹਿੰਦੇ, ਖੁਸ਼ੀਆਂ ਦੇ ਵਿਹੜੇ ਦੇ ਵਿੱਚ। ਅਤੇ ਅੱਜ ਆਪਣਾ ਟੌਪਿਕ ਲੋਹੜੀ, ਕਿਉਂਕਿ ਆਪਾਂ ਪਿਛਲੀ ਵੀਕ ਤੁਹਾਨੂੰ ਦੱਸਿਆ ਸੀ ਲੋਹੜੀ 'ਤੇ ਆਪਾਂ ਪ੍ਰੋਗਰਾਮ ਕਰਾਂਗੇ ਕਿ 13 ਤਰੀਕ ਨੂੰ ਲੋਹੜੀ ਸੀ। ਵਧਾਈਆਂ ਹੀ ਵਧਾਈਆਂ ਸਭਨਾਂ ਨੂੰ ਲੋਹੜੀ ਦੀਆਂ, ਸਾਰਿਆਂ ਨੂੰ ਵਧਾਈਆਂ। ਜਿਨ੍ਹਾਂ ਨੇ ਲੋਹੜੀ ਮਨਾਈ ਆ ਉਹਨਾਂ ਨੂੰ ਵੀ ਵਧਾਈਆਂ, ਜਿਨ੍ਹਾਂ ਨੇ ਨਹੀਂ ਮਨਾਈ ਉਹਨਾਂ ਨੂੰ ਵੀ ਵਧਾਈਆਂ, ਕਿਉਂਕਿ ਇਹ ਖੁਸ਼ੀਆਂ ਦੇ ਟਾਈਮ ਆ, ਖੁਸ਼ੀਆਂ ਖੇੜੇ ਸਭਨਾਂ ਦੇ ਵਿਹੜੇ। ਇਸੇ ਤਰ੍ਹਾਂ ਪਿਆਰੇ ਦਰਸ਼ਕੋ, ਅੱਜ ਆਪਾਂ ਗੱਲ ਕਰਾਂਗੇ ਲੋਹੜੀ 'ਤੇ। ਲੋਹੜੀ ਦਾ ਤਿਉਹਾਰ ਜੋ ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀ ਜਾਂ ਹੁਣ ਬਦਲਾਓ ਆਇਆ, ਉਹਦੀ ਵੀ ਆਪਾਂ ਗੱਲ ਕਰਾਂਗੇ। ਅਤੇ ਲੋਹੜੀ ਬਾਰੇ ਤੁਸੀਂ ਵੀ ਕੋਈ ਵੀ ਗੱਲ ਕਰਨੀ ਆ, ਲੋਹੜੀ ਦੀਆਂ ਤੁਸੀਂ ਵਧਾਈਆਂ ਦੇਣੀਆਂ ਆ, ਲੋਹੜੀ 'ਤੇ ਕੋਈ ਤੁਸੀਂ ਗੀਤ ਕਹਿਣਾ, ਸ਼ਬਦ ਕਹਿਣਾ, ਜਾਂ ਕਿਤਾਬਾਂ ਕਹਿਣੀਆਂ, ਜਾਂ ਤੁਸੀਂ ਕੋਈ ਗੱਲਬਾਤ ਕਰਨੀ ਆ,
तो कर सकते हो। प्यारे दर्शकों, थोड़ी ले लाइन खोल दिती गई टेलीफोन दियाँ, तो तुसी भी चुको फोन तो कमाओ नंबर, तो अपने विचार अपनी सोच दसो सांझियां करो जी। तो प्यारे दर्शको, अज आप लोहड़ी दियाँ सबना नू मैं अपनी वालों अपने परिवार वालों थानू लख लख बधाइया देंदे हैं, तो नाल नाल आप कांछी टीवी की टीम वालों भी थानू बधाइया देंदे। ये जिहड़े त्यौहार होंदे प्यारे दर्शको, बड़े खुशियां दे हुंदे आ, खुशियां दे रल बैठण दे, ये रिश्तियां दे प्यार, रिश्तियां दे त्यौहार, प्यार ते मिलाप दे, भैण भरावां दे मिलाप दे त्यौहार। ये जो रीत जा रिवाज हैं, ये जिन्हें भी बनाए आ बजुर्गां ने बड़े सोच समझ के बनाए, क्योंकि टाइम टू टाइम इंसान अपना समा कढ के अपनियां दे नाल रल बैठे, खुशियां दे नाल, आनंद दे नाल एक दूजे का आदर माण ते सत्कार करे। ये त्यौहार जिहड़े हुंदे आ बड़े ही दिन भागां वाले हुंदे आ प्यारे दर्शको। ते आपां गल करिए लोहड़ी दे त्यौहार दी, जो पहले समयां दे विच लोहड़ी दा त्यौहार पुत्रां दी लोहड़ी पोत्यां दी लोहड़ी पाई जांदी सी। पहला आपां वधीए कोल वाल, फिर इस तरह गलबात जारी रखांगे जी। हैलो जी, सत श्री अकाल भैन जी। सत श्री अकाल भैन मेरी, आओ जी। धन गुरु देव, धन रविदास जी, सारे गुरुआं नूं धन धन साहब नूं जी जी, दाता रहम करे सच्चे पातशाह जी जी। जय सब ठीक ठाक है, तुसी आए बड़ा चंगा लग्या है। थैंक यू भैन मेरी, थोड़े आया ते भी सानू भी बहुत चंगा लग्या, तुसी आए खुशियां दे वेड़े च। चलो मिलापा नाल ही फिर दुनिया चलती है ना जी जी जी, मिल के रहिए ता ही ते दुनिया चलती है। हां जी हां जी, रास्ता एक हो गया ते सारे ओदे ते चलदे ने जी जी जी। ते बाबा नानक मेलदा रहे सच्चे पातशाह वाहेगुरु रहमतां च रखे जी। अच्छा, लोहड़ी ते असां मनाई कोई नहीं, पर कोई गल नहीं, रब दियां जिहड़ियां दातां ने उहनां नूं मन्ना पैंदा है ना जी जी जी। अच्छा, पूरा करे छगार ना होवे जांगा लाला दा हार ना होवे जी जी जी। मावां भावे होवन पूरा, मावां भावे होवन पूरा, पुत्रां बाद कदे कदे तबार ना होवे जी जी जी। मावां दा तबार नहीं आउंदा, पुत्र होवे ते मां दे आले दुआले रहंदा है जी बिलकुल। पुत्र जेड़ा पति नालो ज्यादा मन्निया जांदा है जी जी। प्यारेदार जी, हां जी, जां लाला दा हार ना होवे, मावां भावें होवन पूर। अच्छा, गुरु गोबिंद सिंह बाजां वाले आ गए ने, आ गए ने, सब नू नाल मिलाए जी, सब नू नाल मिला गए ने, इको पाल च बहा के दाता अमृत नू छका गए ने। अमृत दा बाटा इको है, दो ना करियो लोको है, दो ना करियो दुनिया वाले, गुरु गोबिंद सिंह दाते ने अमृत दा बाटा इको है, इको बाटे विच सब नू छका गए ने, सब नू सतगुर नाम नाम जपा गए ने, सच्चा नाम जपा गए ने, इको रस्ता ओ दर्शा गए ने, उस रस्ते तो भटक्यो ना, उस रस्ते तो भटक्यो ना, गुर पीरां ने दस्या जेड़ा जी, भटकोगे ते भुल जाओगे, भटकोगे ते भुल जाओगे, उस पिंड नू कदे न जायो जी, जेड़ा रस्ते रस्ते नू भटकाउंदा है वाहेगुरु दाता, वाहेगुरु नाम जपाउंदा है जी, सतगुरु वाहेगुरु नाम जपाउंदा है जी जी जी। असीं भी जपिए वाहेगुरु सतनाम सच्चे पातशाह रहम करे दाता जी। अच्छा भैन जी, सत श्री अकाल, राव राखा वाहेगुरु जी। सत श्री अकाल भैन मेरी, हां जी, धन गुरु नानक देव, धन जय गुरुदेव जी। ये तो साढ़े हरभजन कौर जी बधाइया भी दे के गए, बहुत सोहना शब्द भी बोल के गए, गुरु गोबिंद सिंह दे भी बारे दस के गया, क्योंकि इको ही बाटे चो अमृत छकाया सी उन्होंने, सबना नू एक लड़ी दे विच परोया सी। पहला आप बधिए कोल वाल, फिर इस तरह गलबात जारी रखांगे जी। हैलो जी, ਜੈ ਗੁਰਦੇਵ ਭੈਣ ਜੀ, ਜਗਿੰਦਰ ਮਹਿਲ ਜੋਗੇ ਬੋਲ ਰਿਹਾ ਜੀ। ਧੰਨ ਗੱਦੇ ਵੀਰ ਜੀ, ਆਓ ਜੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਲੋਹੜੀ ਦੀਆਂ ਵਧਾਈਆਂ ਜੀ, ਅੱਜ ਆਪ ਨੂੰ ਵੀ ਜੈ ਗੁਰਦੇਵ, ਧੰਨ ਗੁਰਦੇਵ ਜੀ ਜੀ।
हाँ जी थानू भी वीर जी थानू भी बहुत बहुत लोहड़ी दियाँ बधाइया ते जी आयां नूं जी। देवी पुत पुत्रां नूं बना दे बजोड़ियां, देवी पुत पुत्रां नूं बना दे बजोड़ियां, दईए धीआं भैणां ताईं हस हस लोहड़ियां। देवी पुत पुत्रां नूं बना दे बजोड़ियां, दईए धीआं भैणां ताईं हस हस लोहड़ियां। रब जाइए बलिहारे तेरे सारे मेरा तेरियां, रब जाइए बलिहारे तेरे सारे मेरा तेरियां। देवी धीआं भैणां ताईं नल सुन मेरियां, देवी धीआं भैणां ताईं नल सुन मेरियां। बंडिए सगतां लड्डू, बंडिए सगतां लड्डू पैसे गुड़ रोड़ियां, बंडिए सगतां लड्डू लड्डू पैसे गुड़ रेड़ियां। दईए धीआं भैणां ताईं हस हस लोहड़ियां। सारे मंगदे ने लोकी धीआं पुत्र जरूर होण, सारे मंगदे ने लोकी धीआं पुत्र जरूर होण। दस तेरे तों बगैर रब्बा साडियां सुनेगा कौन, दस तेरे तों बगैर रब्बा साडियां सुनेगा कौन। खुशियां मनांदे लोकी, खुशियां मनांदे लोकी गाउण वारां कौड़ियां, खुशियां मनांदे लोकी गाउण वारां कौड़ियां। दईए धीआं भैणां ताईं हस हस लोहड़ियां। कई तरसदे बेचारे धीआं पुत्तरां नूं रिंदे ने, कई तरसदे बेचारे धीआं पुत्तरां नूं रिंदे ने। सदा कर कर याद तेतों मंगदे ओ रिंदे ने, सदा कर कर याद तेतों मंगदे ओ रिंदे ने। साडे कोलों दस रब्बा, साडे कोलों दस रब्बा फुल्लां होईआं केड़ियां, साडे कोलों दस रब्बा फुल्लां होईआं केड़ियां। दईए धीआं भैणां ताईं हस हस लोहड़ियां। महे जोगी मिठे पूरीए दे बंग मेरा कर दे, महे जोगी मिठे पूरीए दे बंग मेरा कर दे। अस दिन रात रहिए तेरा पानी सदा भर दे, अस दिन रात रहिए तेरा पानी सदा भर दे। ए मिठियां सगातां कदे, ए मिठियां सगातां कदे लगणी न कौड़ियां, ए मिठियां सगातां कदे लगणी न कौड़ियां। दईए धीआं भैणां ताईं हस हस लोहड़ियां, देवी पुत पुत्रां नूं बना दे बजोड़ियां, देवी पुत पुत्रां नूं बना दे बजोड़ियां। दईए धीआं भैणां ताईं हस हस लोहड़ियां। जय गदे धन गदे जी भैन जी, बहुत बहुत टाइम मेहरबानी टाइम देण दा जी। धन गदे वीर मेरे, धन गदे। ये तो साढ़े बहुत सत्कार योग जोगिंदर महे जोगी जी, बहुत वधिया एक जिदा कह दो आशीर्वाद वांगू ही आ। पुत्रां नूं पोतियां दीआं, पुत्रां नूं पुत्रां दीआं दातां, ते नाल धीआं भैणां नूं दईए हस हस लोहड़ियां। बड़ा ही साढ़े वीर ने वधिया सोहना जिदा कह दो लिखिया, लिखदे भी आ किताबां ते आप बोलदे भी आ। सतगुर इन्हां दी कलम नूं इसे तरह तरक्कियां बख्शे कि जिहड़े इह प्यार आ प्यारे दर्शको, भैणां भरावां दा प्यार, पुत्रां दे होणे दा चाओ, क्योंकि एक अनोखी ही खुशी हुंदी आ। समें दा बदलाओ हमेशा हुंदा, जिद्दां असीं अपने प्रोग्राम दे विच हमेशा कहिंदे बदलाओ, इह संसार दे विच आउंदा आ ते आउंदा रहेगा प्यारे दर्शको।
जिस तरह आप पहलिया समयां दी गल करिए तां पहलिया समयां दा सीजन भी हुंदा आ जिहड़े रुत्त दे जिद्दां कह दो वी खाणे आ जां फसलां हुंदियां सी पहलिया समयां दे विच दो फसलां हुंदियां सी साल दे विच हाड़ी ते सौणी हाड़ी जदों कणकां हुंदियां ते सौणी जदों मक्की हुंदियां ते मक्की दे नाल नाल अज कल ठंड दे समें दे विच मक्की सरों दा साग मेथे गन्ने रस गोड़े मूंगफली रेड़ियां ते ये सारियां चीज़ां इस अजकल दे सीजन दे विच हुंदियां सी इसलिए अजकल दे सीजन दे विच साग ज़्यादा बनता सी मेथे ज़्यादा बनते सीगे ते बाकी दालां तां बातियां ही बनदियां ते जो अपने खाने दा मक्की दियां बकलियां ते मक्की दी रोटी इन्हां दिनां दे विच ते नाल नाल गन्ने दा रस ते गर्म गर्म गुड़ गुड़ नूं भी रस जिहड़ी रस हुंदी आ उहदा ही गुड़ बनदा ते उह गर्म गर्म गुड़ इह जिहड़ियां चीज़ां आ ना बड़ियां टेस्टी हुंदियां सी ते प्यारे दर्शको पहलिया समयां दे विच खुले विहड़े हुंदे सी तुहानूं भी तुसीं भी आ के कोई गल करनी आ कविता कहनी जो भी कहना आ आ के चुको फोन ते घुमाओ नंबर क्योंकि टाइम हुंदा समां हुंदा आ गलबात करने दा तुहाडे कोल मौका आ कांछी टीवी दे टैलीफोन दे राहीं तुसीं अपने बोलां नूं बुलंद कर सकदे हो ते प्यारे दर्शको पहलिया समयां दी गल करिए तां पहलिया समयां दे विच प्यार बहुत सी हर एक रिश्ते दे विच कोई भी रिश्ता भैणां भरावां दा रिश्ता लै लो ताया चाचियां दा बच्चियां प्रति छोटे बच्चियां दा क्योंकि घर दे विच कट्ठे परिवार रहिंदे हुंदे सीगे ते कट्ठे ही वड्डे विहड़े हुंदे सीगे उहनां दे विच ठंड ज़्यादा हुंदी सी अज कल धूणा लाउणे दा इहो ही रिवाज आ कि ठंड ज़्यादा हुंदी सी तां फिर उह धूणा ला के आले दुआले सारा परिवार बहिंदा सी परिवार की सारा पिंड जिद्दां कह दिओ उस हिसाब दे नाल अपने विहड़े दे लोक आके बहिंदे सी तां खुशी दे नाल गल्लबात करदे खांदे पींदे इस तरह जदों लोहड़ी मंगण जांदे बच्चे छोटे बच्चों तो लैके वड्डियां बच्चों तक जिहड़े अनमैरिड बच्चे चाहे वह लड़कियां चाहे लड़के वह लोहड़ी मंगदे सी प्यारे दर्शकों ते जिहड़े छोटे बच्चे हुंदे सीगे छोटे बच्चों नूं तां जो लोहड़ी का चाओ हुंदा सी वड्डिया बच्चों नूं भी चाओ हुंदा सीगा लोहड़ी का क्योंकि ये खुशियां दे टाइम आ ते खुशियां दे टाइमां ते हर एक मन दे विच चाओ हुंदा छोटे बच्चे तां 10-12 दिन पहलां ही लोहड़ी मंगनी शुरू कर दिंदे सी ते जिहड़े बच्चे वड्डे हुंदे सी जवान हुंदे सी अनमैरिड हुंदे सीगे कुड़ियां मुंडे वह सिर्फ लोहड़ी वाले दिन ही जां 1-2 दिन पहलां ज़्यादातर लोहड़ी वाले दिन ही वह लोहड़ी मंगन जाते सी वह भी खास घरां दे जिन्हां दे घरां दे विच पुत्त जां पोते पोतियां ने जन्म लिया होवे उत्थे बड़ी खुशी का माहौल हुंदा सीगा जिहड़े छोटे बच्चे हुंदे सीगे उहनां नूं तां रेड़ियां दे देणियां गुड़ दे देना दाने दे देने जां मतलब वी पैसे थोड़े वाले दे देने तो वह बच्चे छोटे बच्चे तो नन्ने मुन्ने बच्चे छेती मन जाते सी जिहड़े बच्चे जवान हुंदे सी उहनां नूं ज़्यादा गुड़ भी दिंदे सीगे जिस तरह ला लो वे 10-15 किलो जां 10 किलो जां मोर देन रात है ना नाल कपड़े देने नाल पैसे देने इस तरह खुशियां करदे सी एक दूजे का आदर माण ते सत्कार हुंदा सीगा ते सारयां दे चेहरियां ते लोहड़ी दियां खुशियां आनंद ही आनंद इस करके प्यारे दर्शकों जो लोहड़ी का त्यौहार आ पुत्रां ते पोतियां दा लोहड़ी पाई जांदी सीगी हर एक इंसान खुशियां दे नाल अपनियां भैणां नूं जो घर दी धी होवे चाहे वह भूआ होवे वड्डी भूआ दा सत्कार सारियां भूआ दा सत्कार हुंदा सी पर जिहड़े वड्डे हुंदे सी घर दे विच्चों वड्डियां दी बड़त वड्डियां दा सत्कार थोड़ा एक्सट्रा हुंदा सी उहनां समयां दे विच ते इस तरह आपां गल करदे कि समां बदलदा बदलाओ अज कल बहुत बदलाव आ गया कि रिवाजां दे विच भी ते बोलां दे विच भी पहलियां समयां दे विच
सुंद हुंदा ही सब कुछ, घर दा बनाया, घर दी खेती हुंदी सी, कोई उहदे विच जिदा अजकल खाद वगैरह हुंदा सीगा इहो जिहा नहीं सी हुंदा, प्योर खाद पाउंदे सीगे, ढेर पाउंदे सीगे, तां चीज़ां जिहड़ियां ਉਹ ਗਾਨਿਸ਼ ਹੁੰਦੀਆਂ ਸੀਗੀਆਂ। ਤਾਂ ਇਸ ਕਰਕੇ ਹਰ ਇੱਕ ਨੂੰ ਚੰਗਾ ਉਹਨਾਂ ਦੀ ਸਿਹਤ ਹੁੰਦੀ ਸੀ, ਹੈਲਥੀ ਫੂਡ ਖਾਂਦੇ ਸੀ ਤਾਂ ਸਿਹਤ ਵੀ ਹੈਲਥੀ ਹੁੰਦੀ ਸੀ। ਅੱਜ ਕੱਲ੍ਹ ਜਿਹੜਾ ਅੱਜ ਕੱਲ੍ਹ ਕੈਮੀਕਲ ਜ਼ਿਆਦਾ ਫੂਡ ਦੇ ਵਿੱਚ ਪੈਂਦੀ ਆ ਤਾਂ ਫਿਰ ਸਿਹਤਾਂ ਵੀ ਤਾਂ ਉਹੋ ਜਿਹੀਆਂ ਹੀ ਆ, ਹੈ ਦੇਖਣ ਨੂੰ ਤਾਂ ਬੜੇ ਹੈਲਥੀ ਲੱਗਦੇ ਆ, ਜਦ ਬੜੇ ਜਿੱਦਾਂ ਕਹਿੰਦੇ ਚਿਹਰਿਆਂ 'ਤੇ ਚਮਕ ਆ, ਅਤੇ ਪਰ ਜੇ ਪੁੱਛ ਲਵੋ ਤਾਂ ਉਹਨਾਂ ਨੂੰ ਕਈ ਬਿਮਾਰੀਆਂ ਕਈ ਰੋਗ ਹੁੰਦੇ ਆ। पर प्यारे दर्शकों आप गल करते लोहड़ी की, लोहड़ी बारे, क्योंकि लोहड़ी का त्यौहार पहले समय के जो पहला बच्चा अपने नानके परिवार के होंदा सी, नानके परिवार के होण करके उहदा जो लड़की होवे खुशी हुंदी सी, जे लड़का होवे खुशी हुंदी सी, दोनों धिरां दी जो पहला बच्चा हुंदा सी, ते जदों लड़का होवे तां फिर उहनां वल्लों भेली भेजी जांदी सीगी नानके परिवार वालों दादकियां नूं। दादकियां नूं बड़ा चाव हुंदा सीगा, क्योंकि रिश्तियां दे विच इन्नी मिठास हुंदी सी, इन्ना प्यार हुंदा सीगा उस समय ते, सारयां दे चेहरियां ते खुशियां हुंदियां सी, ते दादके परिवार भी बड़ियां खुशियां करदा सी। पहला आपां कोल वल वधीए, फिर इसे तरह गल्लबात जारी रखांगे जी। हैलो जी। हैलो जी, जय गुरुदेव जी। धन गदे भैण मेरी, आओ जी, कौन ते कित्थों बोलदे हो? मैं परमजीत बोल रही हां हेस तो। अच्छा जी, ते हां जी, परमजीत लोहड़ी दियां भी, माघी दियां भी, ते अज दसवें गुरु गोबिंद सिंह जी दा जन्मदिन भी आ, उहनां दियां भी सारियां मुबारकां जी। जी थैंक यू भैन मेरी। हां जी सारियां नूं ही, ते हां जी लोहड़ी दा त्यौहार लंघ के गया आ जी, सैटरडे सी। हां जी जी, हां जी बहुत वधिया लगा। ते वैसे तां तुसीं सारा कुछ दस गई आ, दस ही दित्ता जी, ते ਤੁਸੀਂ ਦੱਸੋ ਤੁਹਾਡਾ, ਤੁਸੀਂ ਵੀ ਦੱਸੋ ਤੁਹਾਡਾ ਆਪਣਾ ਐਕਸਪੀਰੀਅੰਸ। ਹਾਂਜੀ ਸਾਨੂੰ ਤਾਂ ਜਿਹੜਾ ਉਹ ਜਿਹੜੇ ਟਾਈਮ ਆ ਉਹ ਭੁੱਲਦੇ ਹੀ ਨਹੀਂ ਹੈ ਨਾ ਜੀ ਜੀ ਜੀ, ਜਿਹੜੇ ਉਹ ਸਾਡੇ ਜ਼ਮਾਨੇ ਦੇ ਹੁੰਦੇ ਸੀ, ਸਾਡੇ ਟਾਈਮ ਦੇ ਹੁੰਦੇ ਸੀ, ਸਕੂਲ ਟਾਈਮ ਦੇ, ਵਿਆਹ ਤੋਂ ਪਹਿਲਾਂ ਦੇ, ਹੈ ਨਾ ਜੀ। ਹਾਂਜੀ ਕਿੰਨਾ ਚਾਅ ਹੁੰਦਾ ਸੀ, ਤੇ ਜਿੱਦਾਂ ਉਸ ਦਿਨ ਨੂੰ ਪਹਿਲਾਂ ਚੂੜੀਆਂ ਸੀ ਚੜਾਉਣੀਆਂ, ਜਦੋਂ ਹੈ ਨਾ ਚੂੜੀਆਂ ਵਾਲੇ ਭਾਈ ਆਉਂਦੇ ਹੁੰਦੇ ਸੀ ਚੂੜੀਆਂ ਲੈ ਕੇ, ਤੇ ਮੰਮੀ ਹੁਣਾਂ ਨੇ, ਦਾਦੀ ਹੁਣਾਂ ਨੇ, ਸਾਰਿਆਂ ਨੇ ਚੂੜੀਆਂ ਚੜਾ ਕੇ ਦੇਣੀਆਂ, ਤੇ ਫਿਰ ਅਸੀਂ ਬੜਾ ਸਾਰਾ ਚਾਹ ਹੋਣਾ, ਸਾਗ ਲਿਆ ਕੇ, ਸਾਗ ਬਣਾ ਕੇ, ਤੇ ਫਿਰ ਕਿਉਂਕਿ ਇਹ ਵੀ ਹੁੰਦਾ ਸੀ ਨਾ ਘਰ ਦਾ ਸਾਰਾ ਕੰਮ ਪਹਿਲੇ ਖਤਮ ਕਰੋ, ਫਿਰ ਲੋਹੜੀ ਮੰਗਣ ਜਾਣਾ। ਹਾਂਜੀ ਹੈ ਨਾ, ਤੇ ਫਿਰ ਅਸੀਂ ਲੋਹੜੀ ਮੰਗਣ ਜਾਣਾ, ਬੜਾ ਚਾਹ ਹੁੰਦਾ, ਸਾਰੇ ਕੁੜੀਆਂ ਨੇ ਇਕੱਠੀਆਂ ਹੋ ਕੇ, ਤੇ ਬੜੇ ਸੋਹਣੇ ਸੂਟ ਪ੍ਰੈਸ ਕਰ ਕਰਕੇ ਐਨ ਵਧੀਆ ਪਾ ਕੇ ਜਾਣਾ। ਹਾਂਜੀ, ਤੇ ਏਦਾਂ ਕਰਕੇ ਵਧੀਆ ਹੁੰਦਾ ਸੀ ਉਸ ਜ਼ਮਾਨੇ ਵਿੱਚ। ਤਾਂ ਪਹਿਲਾਂ ਹੀ ਲੱਗ ਜਾਂਦੇ ਸੀ ਲੋਕੀ ਨਾ, ਅੱਠ ਅੱਠ ਦਸ ਦਿਨ ਬੱਚੇ ਜਿਹੜੇ ਹੁੰਦੇ ਸੀ ਪਹਿਲਾਂ ਹੀ ਮੰਗਣੀਆਂ। ਹਾਂਜੀ ਛੋਟੇ ਬੱਚੇ, ਤਾਂ ਛੋਟੇ ਬੱਚੇ ਪਹਿਲਾਂ ਹੀ ਦਸ ਕੁ ਦਿਨ ਜਿੱਦਾਂ ਲੱਗ ਹੁੰਦੇ ਸੀ ਲੋਹੜੀ ਮੰਗਣ, ਤਾਂ ਜਿਹੜੇ ਬੱਚੇ ਜਵਾਨ ਹੁੰਦੇ ਸੀ ਉਹ ਇੱਕ ਦੋ ਦਿਨ ਪਹਿਲਾਂ ਸ਼ੁਰੂ ਕਰਦੇ ਸੀ। ਹਾਂਜੀ ਹਾਂਜੀ, ਤੇ ਉਹਨਾਂ ਜ਼ਮਾਨੇ 'ਚ ਵਾਕਈ ਜਿਹੜੇ ਕੁੜੀਆਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਸੀ ਨਾ, ਤੇ ਕਹਿੰਦੇ ਹੀ ਆ ਕਿ ਉਦੋਂ ਕੁੜੀਆਂ ਦਾ ਇੰਨਾ ਨਹੀਂ ਸੀ ਹੁੰਦਾ, ਮੇਰੇ ਖਿਆਲ 'ਚ ਜ਼ਿਆਦਾ ਹੁੰਦਾ ਸੀ। ਹੁੰਦਾ ਬਹੁਤ ਬਹੁਤ ਸਤਿਕਾਰ ਸੀ, ਹੈ ਨਾ, ਕਿੰਨਾ ਉਹਨਾਂ ਨੂੰ ਲੋਹੜੀ ਦਿੰਦੇ ਸੀਗੇ, ਫਿਰ ਉਹਨਾਂ ਨੂੰ ਪੈਸੇ ਵੀ ਦਿੰਦੇ ਸੀ, ਕਹਿਣਾ ਇਹ ਸਾਡੀਆਂ ਕੰਨਿਆਂ ਦਿਹਾੜੀਆਂ ਆਈਆਂ। ਜੀ 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 ਜੀ, ਹਾਂਜੀ ਕੰਨਿਆਂ, ਹਾਂਜੀ ਹਾਂਜੀ, ਤੇ ਬੜਾ ਵਧੀਆ ਲੱਗਦਾ ਸੀਗਾ ਮੈਨੂੰ ਤਾਂ। ਮੈਂ ਤਾਂ ਕਹਿੰਦੀ ਉਹ ਟਾਈਮ ਮੁੜ ਕੇ ਫਿਰ ਵਾਪਸ ਆ ਜਾਵੇ। ਇਹ ਭੈਣ ਮੇਰੀ ਆਪਣੇ ਹੱਥ 'ਚ ਹੀ ਆ ਟਾਈਮ ਵਾਪਸ ਲਿਆਉਣੀ, ਕਰਕੇ ਜਿਹੜਾ ਸਮਾਜ ਆ, ਆਪਾਂ ਸਮਾਜ ਵੀ ਆਪੇ ਰੀਤ ਰਿਵਾਜ ਬਦਲਦਾ ਤਾਂ ਆਪੇ ਹੀ ਵਾਪਸ ਵੀ ਲਿਆਉਂਦਾ ਆ। ਹਾਂਜੀ, ਪਰ ਇੱਥੇ ਮੈਂ ਦੇਖਿਆ ਇੰਗਲੈਂਡ ਵਿੱਚ ਜ਼ਿਆਦਾ ਆ, ਵੈਸੇ ਉੱਦਾਂ ਹਰ ਇੱਕ ਫੈਸਟੀਵਲ ਦਾ ਬਹੁਤ ਵਧੀਆ ਮਨਾ ਰਹੇ ਹੈ ਨਾ ਜੀ ਜੀ, ਤੇ ਲੋਹੜੀ ਦਾ ਵੀ ਬਹੁਤ ਵਧੀਆ ਮਨਾਉਂਦੇ ਆ, ਹਰ ਘਰ ਵਿੱਚ ਜਿੱਦਾਂ ਉਹ ਅੱਗ ਬਾਲਦੇ ਆ ਨਾ ਜੀ, ਤੇ ਵਧੀਆ ਲੱਗਾ, ਅਸੀਂ ਵੀ ਗਏ ਸੀਗੇ, ਸਾਨੂੰ ਵੀ ਚੰਗਾ ਲੱਗਾ ਜੀ ਜੀ ਜੀ। ਹਾਂਜੀ, ਤੇ ਵਧੀਆ ਸੀ ਖਾਣਾ, ਸਾਰਾ ਕੁਛ ਵਧੀਆ ਹੁੰਦਾ ਆ, ਮੂੰਗਫਲੀ ਰੇੜੀਆਂ ਜੀ, ਤੇ ਬਹੁਤ ਵਧੀਆ ਹੁੰਦਾ। ਵਾਹਿਗੁਰੂ ਜੀ ਕਰੇ ਸਾਰਿਆਂ ਨੂੰ ਇਹ ਖੁਸ਼ੀਆਂ, ਇਹ ਤਿਉਹਾਰ ਸਾਰਿਆਂ ਨੂੰ ਨਸੀਬ ਹੋਣ ਜੀ, ਤੇ ਵਾਪਸ ਹਰ ਵਾਰੀ ਸਾਲ ਵਿੱਚ ਹਰ ਸਾਲ ਵਾਪਸ ਆਉਣ, ਹੈ ਨਾ ਜੀ ਜੀ, ਬਿਲਕੁਲ ਬਿਲਕੁਲ, ਤੇ ਇਹ ਹੀ ਸਾਰਿਆਂ ਲਈ ਦੁਆ ਕਰਦੇ ਹਾਂ, ਤੇ ਬਸ ਸਾਡਾ ਕਾਂਛੀ ਦੇਵੀ ਬਾਕੀ ਜਿੰਦਾਬਾਦ ਰਵੇ ਜੀ। ਜੀ ਜੀ ਬਿਲਕੁਲ ਜੀ ਬਿਲਕੁਲ, ਹਾਂਜੀ, ਆਇਆ ਕਰੋ ਹਰੇਕ ਵੀਕ ਆਪਣੇ ਇਸ ਤਰ੍ਹਾਂ ਬੋਲਾਂ ਨੂੰ ਬੁਲੰਦ ਕਰੋ ਕਾਂਛੀ ਟੀਵੀ ਦੇ ਰਾਹੀਂ। ਅਤੇ ਇਹ ਸਾਡੇ ਭੈਣ ਪਰਮਜੀਤ ਜੀ ਹੇਜ ਤੋਂ ਬਹੁਤ ਸੋਹਣੀਆਂ ਗੱਲਾਂ ਕਰਕੇ ਗਏ ਆ,
कि किस तरह वो उन्होंने चाओ हुंदा सीगा। इस तरह प्यारे दर्शको तुसी भी चुको फोन ते कमाओ नंबर, अपने अपने विचार सांझे करो। पहला आप वादे कोल वाल, फिर इस तरह गलबात जारी रखांगे जी। हैलो जी। हैलो रवंत जी। हाँ जी, आ जाओ जी, आ जाओ भैन मेरी जी। हाँ जी, मैं कहा चलो आप भी आज अपने विचार दसते हैं। हाँ जी, बड़े चेर बाद आए, ठीक है? हाँ जी हाँ जी, मैं जी विद्या जखू बोल। हाँ जी, मैं पहचान लिया जी। हाँ जी हाँ जी, सारिया तो पहला तो सारिया प्यार भरी जय गुरदेव से प्यारी प्यारी जय जी। जी जी जी। हाँ जी, ते उम्मीद है कि सुनने वाले सारे ही ठीक ठाक हो गए जी। हाँ जी, ते मैं कहती हाँ कि तुसी अज टॉपिक लोहड़ी से रखे ना। हाँ जी, लोहड़ी ते। हाँ जी हाँ जी, बहुत खुशी की गल आ, अज जमाना बदल गया जी, बदलाव जी। लड़कियां दी भी लोहड़ी मनाउंदे आ तां लड़कियां दी भी जी। बिल्कुल बिल्कुल। हाँ जी, पहला कले लड़किया भी मनाते सी। हाँ जी, अज समाज अपना पढ़ लिख गया। हाँ जी हाँ जी, वो लड़की ते लड़के नू बराबर का हक दिंदे आ। हाँ जी जी बिल्कुल, देना भी चाहिए, होना भी चाहिए आ। हाँ जी, होना भी चाहिए सी, पर अज अज दे जमाने दे विच उहनां नू बराबर का हक मिलिया जी, क्योंकि बच्चे पढ़ लै गए, कहिंदे कि लड़कियां किहदे नालों घट आ जी। बिल्कुल। हाँ जी, इस करके जेडे लड़कियां दी लोहड़ी मनाउंदे लड़कियां दी मनाउंदे आ ना, मैं बहुत बहुत बधाई दिंदी सारिआं नूं। जी जी जी, सभनां नूं मिल गईआं, तुहानूं भी बहुत बहुत बधाईआं साडे वल्लों, साडे परिवार नूं। बहुत जरूरी आ, क्योंकि बाबा साहब अंबेडकर ने कहा सी जे इक लड़की घर दे विच पढ़ी होंगी ना, वो पूरे परिवार नूं पढ़ा सकदी आ। जी जी जी। हाँ जी, पूरे परिवार नूं उह तालीम दे सकदी आ जी। इस करके लड़कियां दा पढ़ना भी, जिदा लड़के पढ़दे आ अजकल तां लड़कियां नंबर लै गईआं जी। बिल्कुल, देखदे आ बहुत उच्चे अहुदिआं ते चलीआं गईआं जी। हाँ जी, बहुत खुशी की गल है, तुहाडा टॉपिक बहुत वधिया हैगा आ। थैंक यू जी। मैं सोचा भी चलो बेटी ते बेटे विच किन्ना कु फर्क आ जी जी, ते मैं इत्थे कुछ लाइना कह दिंदी आ, तो दो तीन मैं उहनूं मूल वचन कहूं। आओ जी आओ, आओ जी। हाँ जी, ਇਹ ਕੁਛ ਇਦਾਂ ਹੈਗਾ, ਪਤਾ ਨਹੀਂ ਮੀਡੀਆ ਦੇ ਸੁਣਨ ਵਾਲੇ ਪਸੰਦ ਕਰਨਗੇ ਜੀ ਜੀ ਜੀ। ਕਹਿੰਦੇ ਕਿ ਪੁੱਤ ਜੰਮੇ ਤਾਂ ਸਾਰੇ ਕਰਨ ਖੁਸ਼ੀਆਂ, ਪੁੱਤ ਜੰਮੇ ਤਾਂ ਸਾਰੇ ਕਰਨ ਖੁਸ਼ੀਆਂ, ਧੀਆਂ ਦੇ ਜੰਮਣ ਦੀ ਲੋਹੜੀ ਮਨਾਵੇ ਕੋਈ ਕੋਈ, ਧੀਆਂ ਦੇ ਜੰਮਣ ਦੀ ਖੁਸ਼ੀ ਮਨਾਵੇ ਕੋਈ ਕੋਈ ਜੀ, ਪੁੱਤ ਜੰਮੇ ਤਾਂ ਭੰਗੜੇ ਪਾਉਣ ਸਾਰੇ, ਪੁੱਤ ਜੰਮੇ ਤਾਂ ਭੰਗੜੇ ਪਾਉਣ ਸਾਰੇ, ਧੀ ਜੰਮੀ ਤੇ ਰੱਬ ਦਾ ਸ਼ੁਕਰ ਮਨਾਵੇ ਕੋਈ 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 ਜੀ। ਹਾਂਜੀ, ਕਹਿੰਦੇ ਪੁੱਤ ਜੰਮਿਆ ਵਧਾਈਆਂ ਦੇ ਢੇਰ ਲੱਗ ਗਏ ਜੀ, ਪੁੱਤ ਜੰਮਿਆ ਵਧਾਈਆਂ ਦੇ ਢੇਰ ਲੱਗ ਗਏ, ਧੀ ਜੰਮੀ ਤੇ ਮਠਿਆਈਆਂ ਖਵਾਵੇ ਕੋਈ 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 ਜੀ। ਹਾਂਜੀ, ਆਖਰੀ ਆ ਜੀ ਜੀ, ਕਹਿੰਦੇ ਇਸ ਇਸ ਜੱਗ ਤੇ ਪੁੱਤਾਂ ਨੂੰ ਮੰਗਣ ਸਾਰੇ ਜੀ, ਇਸ ਜੱਗ ਤੇ ਪੁੱਤਾਂ ਨੂੰ ਮੰਗਣ ਸਾਰੇ, ਝੋਲੀ ਅੱਡ ਕੇ ਧੀਆਂ ਨੂੰ ਮੰਗੇ ਕੋਈ ਕੋਈ ਕੋਈ, ਧੀਆਂ ਨੂੰ ਮੰਗੇ ਕੋਈ ਕੋਈ ਜੀ। ਹਾਂਜੀ, ਇਹ ਕੁਛ ਲਾਈਨਾਂ ਸੀਗੀਆਂ ਜੀ, ਧੀ ਤੇ ਪੁੱਤ ਤੇ ਦੋਨਾਂ ਤੇ। ਹੁਣ ਮੈਂ ਦੋ ਤਿੰਨ ਮੂਲ ਵਚਨ ਕਹਿ ਦਿੰਦੀ ਹਾਂ ਜੀ। ਜੀ ਕਹੋ ਜੀ, ਬੋਲੋ। ਕਹਿੰਦੇ ਕਿ ਜੋ ਤੁਸੀਂ ਕੱਲ ਨਹੀਂ ਕਰ ਸਕੇ, ਜੋ ਤੁਸੀਂ ਕੱਲ ਨਹੀਂ ਕਰ ਸਕੇ ਤਾਂ ਪਛਤਾਵਾ ਨਾ ਕਰੇ ਜੀ, ਉਹਦੇ ਬਾਰੇ ਪਛਤਾਓ ਨਾ ਸੋਚ ਕੇ, ਸਗੋਂ ਇਹ ਸੋਚ ਕੇ ਜਾਗੋ ਕਿ ਅੱਜ ਅਸੀਂ ਕੀ ਕਰ ਸਕਦੇ ਹਾਂ ਜੀ। ਜੀ ਬਿਲਕੁਲ। ਹਾਂ, ਅੱਜ ਅਸੀਂ ਕੀ ਕਰ ਸਕਦੇ ਹਾਂ। ਕਹਿੰਦੇ ਜੇਕਰ ਤੁਹਾਨੂੰ ਸੋਚਣ ਦੀ ਆਦਤ ਆ ਨਾ, ਤਾਂ ਉੱਚੀ ਗੱਲ ਸੋਚੋ ਜੀ, ਉੱਚੀ ਗੱਲ ਸੋਚੋ ਜੀ, ਤੇ ਜੇਕਰ ਤੁਸੀਂ ਕੋਸ਼ਿਸ਼ ਕਰਨਾ ਚਾਹੁੰਦੇ ਹੋ ਤਾਂ ਖੁਦ ਨੂੰ ਉੱਪਰ ਉਠਾਉਣ ਦੀ ਕੋਸ਼ਿਸ਼ ਕਰੋ ਜੀ। ਜੀ ਜੀ ਜੀ, ਆਪਣੀ ਸੋਚ ਨੂੰ ਉੱਚੀ ਲਿਜਾਓ ਜੀ, ਠੀਕ ਨੀ ਜੀ? ਹਾਂਜੀ। ਕਹਿੰਦੇ ਹਾਰਦਾ ਉਹੀ ਹੈ ਜੋ ਬਾਰ ਬਾਰ ਸ਼ਿਕਾਇਤ ਕਰਦਾ ਰਹਿੰਦਾ ਹੈ ਜੀ, ਹਾਰਦਾ ਇਨਸਾਨ ਉਹੀ ਆ ਜੋ ਬਾਰ ਬਾਰ ਸ਼ਿਕਾਇਤ ਕਰਦਾ, ਤੇ ਜਿੱਤਦਾ ਉਹੀ ਆ ਜੋ ਬਾਰ ਬਾਰ ਕੋਸ਼ਿਸ਼ ਕਰਦਾ। ਬਾਜ ਜੀ, ਹਾਂ, ਸਾਨੂੰ ਕਿਸੇ ਕੰਮ ਤੋਂ ਹਾਰ ਨਹੀਂ ਮੰਨਣੀ ਚਾਹੀਦੀ, ਕੋਸ਼ਿਸ਼ ਕਰਨੀ ਚਾਹੀਦੀ ਆ ਜੀ। ਜੀ ਜੀ। ਹਾਂਜੀ, ਕਹਿੰਦੇ ਦੁਨੀਆਂ ਦੇ ਵਿੱਚ ਰੱਖ ਫਰੀਦਾ, ਦੁਨੀਆਂ ਦੇ ਵਿੱਚ ਰੱਖ ਫਰੀਦਾ ਕੁਛ ਐਸਾ ਬਹਿਣ ਖਲੋਣ ਜੀ, ਦੁਨੀਆਂ ਦੇ ਵਿੱਚ ਰੱਖ ਫਰੀਦਾ ਕੁਛ ਐਸਾ ਬਹਿਣ ਖਲੋਣ, ਕੋਲ ਹੋਈਏ ਤਾਂ ਹੱਸਣ ਲੋਕੀ, ਕੋਲ ਹੋਈਏ ਤਾਂ ਹੱਸਣ ਲੋਕੀ, ਤੁਰ ਜਾਈਏ ਤੇ ਰੋਣ, ਰੋਣ ਲੋਕੀ, ਚਲੇ ਜਾਈਏ ਤੇ ਰੋਣ,
ਇਦਾਂ ਦੀ ਆਪਣੀ ਜ਼ਿੰਦਗੀ ਦੇ ਚੰਗੇ ਵਿਚਾਰ ਹਰ ਇੱਕ ਇਨਸਾਨ ਦੇ ਹੋਣੇ ਚਾਹੀਦੇ ਆ, ਕੋਸ਼ਿਸ਼ ਕਰਨੀ ਚਾਹੀਦੀ ਆ ਜੀ। ਜੇ ਆਪਾਂ ਨੂੰ ਨਹੀਂ ਵੀ ਕਈ ਵਾਰੀ ਪਤਾ ਲੱਗਾ, ਆਪਾਂ ਨੂੰ ਇੱਕ ਦੂਜੇ ਤੋਂ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜੀ। ਬਿਲਕੁਲ ਬਿਲਕੁਲ ਹਾਂਜੀ। ਤੇ ਜਿਹੜੇ ਵਿਚਾਰਾਂ ਦੀ ਗੱਲ ਹੈਗੀ ਆ, ਤੇ ਆਪਾਂ ਨੂੰ ਜੇ ਆਪਾਂ ਇੱਕ ਦੂਜੇ ਦੇ ਵਿਚਾਰਾਂ ਤੇ ਵਿਚਾਰ ਕਰਾਂਗੇ ਨਾ, ਆਪਾਂ ਹੋਰ ਬਹੁਤ ਕੁਛ ਸਿੱਖਦੇ ਹਾਂ ਜੀ। ਬਿਲਕੁਲ, ਇਹ ਜਿਹੜੇ ਵਿਚਾਰ ਆ, ਇਹ ਇਨਸਾਨ ਨੂੰ ਨਰੂਆ ਬਣਾਉਂਦੇ, ਇੱਕ ਦੂਜੇ ਤੋਂ ਸਿੱਖਦਾ ਇਨਸਾਨ। ਹਾਂਜੀ ਬਿਲਕੁਲ, ਮੈਂ ਕੁਛ ਲਿਖਿਆ ਸੀ ਜੀ, ਤੇ ਪਤਾ ਨਹੀਂ ਲੋਕ ਚਲੋ ਐਨੀਵੇ ਹਾਂਜੀ ਕਹਿੰਦੇ ਇਨਸਾਨ ਦੀ ਬੁੱਧੀ ਇਨਸਾਨ ਦੀ ਸੋਚ ਤੋਂ ਨਹੀਂ, ਇਨਸਾਨ ਦੀ ਬੁੱਧੀ ਇਨਸਾਨ ਦੀ ਸੋਚ ਉਹਦੇ ਚਿਹਰੇ ਤੇ ਕੱਪੜਿਆਂ ਤੋਂ ਨਹੀਂ, ਬਲਕਿ ਉਹਦੀਆਂ ਆਦਤਾਂ ਤੇ ਉਹਦੀ ਗੱਲਬਾਤ ਕਰਨ ਦੇ ਢੰਗ ਤਰੀਕੇ ਤੇ ਝਲਕਦੀ ਹੈ ਜੀ। ਬਿਲਕੁਲ, ਵਾਹ ਜੀ ਵਾਹ। ਤੇ ਇਹ ਗੱਲ ਆ ਕਿ ਕਹਿੰਦੇ ਨੇ ਕਿ ਕਦੇ ਕਦੇ ਕਿੰਨੇ ਵੀ ਕਹਿੰਦੇ ਤੁਸੀਂ ਕਿਉਂ ਨਾ ਕਾਮਯਾਬ ਹੋ ਜਾਓ, ਕਹਿੰਦੇ ਤੁਸੀਂ ਕਿੰਨੇ ਵੀ ਕਿਉਂ ਨਾ ਕਾਮਯਾਬ ਹੋ ਜਾਓ, ਪਰ ਅਗਿਆਤ ਰਹੋ ਜੀ, ਚੰਗੀ ਸੋਚ ਰੱਖੋ ਜੀ, ਵਿਚਾਰ ਇਹੋ ਜਿਹੇ ਰੱਖੋ ਕਿ ਤੁਹਾਡੇ ਵਿਚਾਰਾਂ ਤੇ ਵੀ ਕਿਸੇ ਨੂੰ ਵਿਚਾਰ ਕਰਨਾ ਪਵੇ। ਵਾਹ ਜੀ ਵਾਹ। ਕਿਸੇ ਨੂੰ ਤੁਹਾਡੇ ਵਿਚਾਰਾਂ ਤੇ ਵੀ ਵਿਚਾਰ ਕਰਨਾ ਪਵੇ। ਹਾਂਜੀ ਚਲੋ ਭੈਣ ਜੀ, ਮੈਂ ਇੰਨਾ ਕੀ ਕਹਿੰਦੀ ਹਾਂ ਜੀ, ਸਾਰਿਆਂ ਨੂੰ ਫਿਰ ਬਹੁਤ ਵਧਾਈ ਦਿੰਦੀ। ਲਿਖਿਆ ਤਾਂ ਬਹੁਤ ਕੁਛ ਆ, ਪਰ ਅੱਗੇ ਵੀ ਕੋਈ ਕਹਿਣ ਵਾਲਾ ਲੈਣ ਚ ਹੋਊਗਾ ਜੀ ਜੀ ਜੀ। ਹਾਂਜੀ ਭੈਣ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਭੈਣ ਮੇਰੀ। ਮੈਂ ਸੋਚਿਆ ਚਲੋ ਅੱਜ ਮੈਂ ਵੀ ਹਿੱਸਾ ਲੈ ਲੈਂਦੀ ਹਾਂ। ਬਹੁਤ ਚਿਰ ਬਾਅਦ ਆਏ ਤੁਸੀਂ ਹੈ ਨਾ। ਹਾਂਜੀ ਫਿਰ ਬਾਅਦ ਕੋਈ ਗੱਲ ਨਹੀਂ, ਆਪਾਂ ਤੁਹਾਡੇ ਨਾਲ ਹੀ ਆ ਜੀ ਜੀ ਜੀ। ਥੈਂਕ ਯੂ। ਜਦੋਂ ਤੁਹਾਨੂੰ ਦੇਖ ਲਈ ਤਾਂ ਬੜੀ ਖੁਸ਼ੀ ਹੁੰਦੀ, ਵਿਚਾਰ ਬੜੇ ਵਧੀਆ ਵਧੀਆ ਸਾਰੇ ਲੈ ਕੇ ਆਉਂਦੇ ਆ ਜੀ ਜੀ। ਸਾਰੇ ਆਪਣੇ ਘਰਾਂ 'ਚ ਸੁਖੀ ਤੇ ਨਿਰੋਗੀ ਰਹਿਣ ਜੀ। ਸਾਰਿਆਂ ਨੂੰ ਪਿਆਰੀ ਪਿਆਰੀ ਜੈ ਭੀਮ ਤੇ ਜੈ ਗੁਰਦੇਵ। ਜੈ ਭੀਮ ਤੇ ਧੰਨ ਗੁਰਦੇਵ ਜੀ। ਇਹ ਤਾਂ ਸਾਡੇ ਵਿਦਿਆ ਜੱਖੂ ਜੀ ਬਹੁਤ ਅਨਮੋਲ ਵਚਨ ਜਿਹੜੇ ਆ ਨਾ, ਵਾਕਿਆ ਹੀ ਕਾਫਲੇ ਤਰੀਫ ਆ ਕਿ ਆਪਣੀ ਸੋਚ ਨੂੰ ਬੁਲੰਦ ਰੱਖੋ। ਜੇ ਕੱਲ੍ਹ ਕੁਛ ਨਹੀਂ ਵੀ ਕਰ ਹੋਇਆ ਉੱਤੇ ਪਛਤਾਵਾ ਨਾ ਕਰੋ, ਪਹਿਲਾਂ ਵਧੀਆ ਕੋਲ ਵਾਲ, ਫਿਰ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ। ਹੈਲੋ ਜੀ। ਹੈਲੋ ਜੀ, ਧੰਨ ਗੁਰਦੇਵ ਜੀ। ਜੈ ਗੁਰਦੇਵ। ਧੰਨ ਗੁਰਦੇਵ ਜੀ ਜੀ ਆਇਆਂ ਨੂੰ ਜੀ, ਖੁਸ਼ੀਆਂ ਦੇ ਵਿਹੜੇ 'ਚ ਕੌਣ ਅਤੇ ਕਿੱਥੋਂ ਬੋਲਦੇ? ਈਸਟ ਲੰਡਨ ਤੋਂ ਬਲਜੀਤ ਕੌਰ। ਬਲਜੀਤ ਕੌਰ, ਅੱਛਾ ਜੀ। ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਦਸਵੇਂ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਦੀਆਂ, ਔਰ ਨਾਲ ਨਾਲ ਲੋਹੜੀ ਦੇ ਤਿਉਹਾਰ ਤੇ ਤੁਸੀਂ ਗੱਲਬਾਤ ਕਰ ਰਹੇ ਹੋ ਜੀ ਜੀ, ਔਰ ਬੜੀ ਪਿਆਰੇ ਅੰਦਾਜ਼ ਦੇ ਨਾਲ ਰੋਸ਼ਨੀ ਪਾ ਰਹੇ ਹੋ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਭੈਣ ਜੀ। ਤੇ ਨਾਲ ਮੈਂ ਇਹ ਕਹਾਂਗੀ ਕਿ ਮੈਂ ਵੀ ਜਿਹੜੀ ਲੋਹੜੀ ਦਾ ਸਮੇਂ ਨੂੰ ਆਪਾਂ ਪੁਰਾਣੇ ਜ਼ਮਾਨੇ ਵਿੱਚ ਆਪਾਂ ਸਮੇਂ ਤੇ ਗੁਜ਼ਾਰਿਆ ਕਰਦੇ ਸਨ ਆਪਣੇ ਭਾਰਤ ਦੇ ਵਿੱਚ ਪੰਜਾਬ 'ਚ ਜੀ, ਹੁਸ਼ਿਆਰਪੁਰ ਦੀ ਲੋਹੜੀ ਜੀ, ਕਿਉਂਕਿ ਉੱਥੇ ਜੰਮੇ ਪਲੇ, ਉਹਨਾਂ ਗਲੀਆਂ ਦੇ ਵਿੱਚ ਅਸੀਂ ਕਿਵੇਂ ਆਨੰਦ ਵੰਡਿਆ ਕਰਦੇ ਸਨ ਬਾਜ਼ਾਰ ਦੇ ਵਿੱਚ ਜੀ ਜੀ ਜੀ। ਉਸ ਜ਼ਮਾਨੇ ਵਿੱਚ ਜਿਹੜੀ ਲੋਹੜੀ ਹੁੰਦੀ ਸੀਗੀ, ਆਪਣੇ ਇੱਕ ਤਾਂ ਲੋਹੜੀ ਹੋਇਆ ਕਰਦੀ ਸੀ ਇਨ ਸਾਈਡ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਜੀ, ਫੈਮਲੀਆਂ ਦੇ ਇਕੱਠੇ ਹੋਣ ਦਾ ਜੀ ਬਹਾਨਾ, ਆਂਢੀ ਗੁਆਂਢੀ ਜੀ, ਫੀਮੇਲਸ ਜਿੰਨੀਆਂ ਵੀ ਹੁੰਦੀਆਂ ਸੀ ਸਾਰੀਆਂ ਇਕੱਠੀਆਂ ਬੈਠ ਕੇ ਢੋਲਕੀ ਦੇ ਨਾਲ ਗੀਤ ਗਾਇਆ ਕਰਦੀਆਂ ਸਨ ਜੀ, ਤੇ ਇੱਕ ਫਰੀਡਮ, ਇੱਕ ਅੱਛਾ ਮਾਹੌਲ ਬਣਦਾ ਸੀਗਾ ਜੀ ਇਕੱਠੇ ਹੋਣ ਦਾ ਜੀ, ਤੇ ਦੂਸਰਾ ਬਾਹਰ ਆਪਣੇ ਹਵੇਲੀ ਕਹਿ ਲਓ ਜਾ ਕੇ ਬਾਹਰ ਰੋਡ ਸਾਈਡ ਤੇ ਜੀ, ਉੱਥੇ ਸਾਡੇ ਆਂਢੀ ਗੁਆਂਢੀ ਸਾਰੇ ਨਾਲ ਮਿਲ ਕੇ ਉਹ ਧੂਣੀ ਲਗਾਇਆ ਕਰਦੇ ਸਨ ਜੀ ਜੀ। ਤੇ ਇੱਕ ਭੰਜੀ ਉਸ ਟਾਈਮ ਤੇ ਬਹੁਤ ਅੱਛੀ ਚੀਜ਼, ਜਿੰਨੇ ਵੀ ਸਾਰੇ ਬਾਜ਼ਾਰ ਵਾਲੇ ਹੁੰਦੇ ਸਨ, ਥੋੜੀ ਥੋੜੀ ਦੂਰ ਤੇ ਇੱਕ ਬੜਾ ਦਰਖਤ ਦੇ ਜਿਹੜੇ ਬੜੇ ਬੜੇ ਮੁੱਢ ਹੁੰਦੇ ਸੀ ਨੇ ਜੀ, ਉਹਨਾਂ ਨੂੰ ਸਾਰੇ ਜਣੇ ਪੈਸੇ ਕਲੈਕਟ ਕਰਕੇ ਤੇ ਉਹ ਧੂਣੀ ਲਗਾਇਆ ਕਰਦੇ ਸਨ ਜੀ ਜੀ ਜੀ। ਤੇ ਉਸ ਧੂਣੀ ਦਾ ਫਾਇਦਾ ਇਹ ਹੁੰਦਾ ਸੀ, ਤਕਰੀਬਨ ਮਹੀਨਾ 15-20 ਦਿਨ 25 ਦਿਨ ਉਹ ਧੂਣੀ ਧੁਖਦੀ ਰਹਿੰਦੀ ਸਨ, ਜਿਹੜਾ ਗਰੀਬ ਗੁਰਬਾ ਜੀ ਜਾਂ ਤੁਸੀਂ ਕਹਿ ਲਓ ਕਿ ਜਿਹੜੇ ਵੀ ਅਨਾਥ ਲੋਕੀ ਹਨ, ਗਰੀਬ ਹਨ ਜਾਂ ਕਿ ਉੱਥੇ ਦੇ ਅਵਾਰਾ ਜਾਨਵਰ, ਉਹ ਉਹਨਾਂ ਦਾ ਨਿੱਕ ਮਾਣਿਆ ਕਰਦੇ ਸਨ ਉਸ ਲੋਹੜੀ ਦਾ, ਕਿਉਂਕਿ ਇਸ ਮਹੀਨੇ ਵਿੱਚ ਠੰਡ ਬਹੁਤ ਗਹਿਰਾ ਦੀ ਹੋਇਆ ਕਰਦੀ ਹੈ ਤੇ ਉਹ ਆਪਣੀ ਰਾਤ ਉੱਥੇ ਧੂਣੀ ਦੇ ਕੋਲ ਆ ਕੇ ਕੱਟਿਆ ਕਰਦੇ ਸਨ ਜੀ ਜੀ ਜੀ, ਤੇ ਬੜੀਆਂ ਖੁਸ਼ੀਆਂ। ਤੇ ਦੂਸਰੀ ਚੀਜ਼ ਮੈਂ ਉੱਥੇ ਗੱਲ ਕਰਨੀ ਚਾਹਾਂਗੀ ਜੀ, ਹਾਂ ਦਿਲ ਹਲਕਾ ਹੁੰਦਾ ਸੀ, ਅਸੀਂ ਵੀ 5-6 ਭੈਣਾਂ ਸੀਗੀਆਂ ਜੀ, ਤੇ ਬਹੁਤ ਸਾਰੇ ਲੋਕੀ ਉਹਨਾਂ ਸਾਡੇ ਤੇ ਉਹਨਾਂ ਨੂੰ ਹੋਇਆ ਕਰਦਾ ਸੀ, ਮਾਤਾ ਪਿਤਾ ਬਾਬਲ ਨੇ ਤੇ ਮਾਂ ਨੇ ਕਦੀ ਮੱਥੇ ਵੱਟ ਨਹੀਂ ਪਾਇਆ ਜੀ ਜੀ। ਤੇ ਉਹ ਦੂਸਰੀ ਚੀਜ਼ ਆ ਕਿ ਅੱਜ
जमाना है उस टाइम से जिन्हें भी तुसा असा जिन्हें भी असी भैणा पा हां असा दे घर जो सहुरे घर के परिवार के विच साडे सहुरे परिवार किदा झोलियां अड अड के जी बड़े सत्कार दे नाल ढोल टमकिया दे नाल साडा सत्कार करके सहुरे घर दे विच किवें लोहड़ी पाया करदे सन जी जी बिल्कुल जे घर परमात्मा खुदा ईश्वर वाहिगुरु सानू ना भेजदा ते इह लोकी इह लड़के इहनां दे जिन्हां दे पुत 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 करदे सन उह पुत्तां दे घरां ते बहारां कौण लाउंदा उहनां दा विरासत कौण चलाउंदा जी उह कुड़ियां दी ही है कुदरत दीआं चीज़ां नूं आपां निंददे रहे बेसमझी नूं वरतदे रहे जी ते मैनूं लगदा कि इह कांची टीवी जिहड़ा ना जी सचमुच इहते बहुत अच्छे अच्छे विचारां दी साझ होया करदी है जी ते मैं सारिआं नूं निम्रता सहित बेनती करांगी जी कि कांची टीवी नूं हमेशा अमर हरिया भरिया रखण वास्ते जोर जरूर 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 योगदान जी थोड़ा थोड़ा करदे आपां पाउंदे रहिए ਤਾਂ ਕਿ ਇਹ ਬੁਲੰਦੀਆਂ ਨੂੰ ਛੂੰਹਦਾ ਰਹੇ ਅਸੀਂ ਵਿਚਾਰਾਂ ਦੀ ਸਾਂਝ ਪਾਉਂਦੇ ਰਹੀਏ ਇਹਦੇ ਨਾਲ ਹੀ ਮੈਂ ਮਾਫੀ ਚਾਹਾਂਗੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਇਸੇ ਤਰ੍ਹਾਂ ਰੋਸ਼ਨੀ ਪਾਉਂਦੇ ਰਹੋ ਔਰ ਹਰ ਤਿਉਹਾਰ ਦੇ ਉੱਤੇ ਬੜੇ ਪਿਆਰੇ ਪਿਆਰੇ ਪ੍ਰੋਗਰਾਮ ਆਇਆ ਕਰਦੇ ਨੇ ਓਕੇ ਜੀ ਸ਼ੁਕਰੀਆ ਮਿਹਰਬਾਨੀ ਸਤਿ ਸ਼੍ਰੀ ਅਕਾਲ ਭੈਣ ਮੇਰੀਏ ਜੈਗਨਦੇਵ ਜੀ ਇਹ ਤਾਂ ਸਾਡੇ ਬਲਜੀਤ ਕੌਰ ਜੀ ਬਹੁਤ ਅੱਛੇ ਵਿਚਾਰ ਦੇ ਕੇ ਗਏ ਆ ਬਹੁਤ ਅੱਛੇ ਅਤੇ ਨਾਲ ਨਾਲ ਸਾਰਿਆਂ ਨੂੰ ਅਪੀਲ ਵੀ ਕਰਕੇ ਗਏ ਆ ਕਿ ਕਾਂਛੀ ਟੀ ਵੀ ਲਈ ਕੁਛ ਨਾ ਕੁਛ ਮਦਦ ਕਰਦੇ ਰਿਹਾ ਕਰੋ ਅਤੇ ਇਹੋ ਜਿਹੇ ਅਸੀਂ ਕਹਾਂਗੇ ਕਿ ਹਰ ਵੀਕ ਆਇਆ ਕਰੋ ਆਪਣੇ ਵਿਚਾਰਾਂ ਨੂੰ ਬੁਲੰਦ ਕਰੋ ਕਿਉਂਕਿ ਤੁਹਾਡੇ ਵਿਚਾਰਾਂ ਨੂੰ ਕਰੋੜਾਂ ਹੀ ਲੋਕ ਸੁਣਦੇ ਆ ਤੁਹਾਡੇ ਵਿਚਾਰਾਂ ਤੋਂ ਸੁਣ ਕੇ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਪਤਾ ਨਹੀਂ ਕਿਹਦੇ ਮਨ ਦੇ ਵਿੱਚ ਕੋਈ ਚੰਗੀ ਗੱਲ ਵੱਸ ਜਾਵੇ ਅਤੇ ਘਰ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਵਿਛੜਿਆਂ ਦੇ ਮੇਲ ਵੀ ਹੋ ਸਕਦੇ ਆ ਘਰਾਂ ਦੇ ਵਿੱਚ ਖੁਸ਼ੀਆਂ ਖੇੜੀ ਕਿਉਂਕਿ ਇਹ ਬੋਲ ਆ ਇਨਸਾਨ ਦੇ ਬੋਲ ਆ ਇਨਸਾਨ ਦੇ ਪਿਆਰੇ ਦਰਸ਼ਕੋ ਜਿਹੜੇ ਹੌਸਲੇ ਬੁਲੰਦ ਕਰਦੇ ਆ ਤਾਂ ਇਹ ਬੋਲ ਹੀ ਹੁੰਦੇ ਆ ਜਿਹੜੇ ਇਨਸਾਨ ਨੂੰ ਪਰੀ ਕਰਕੇ ਬਿਠਾਲ ਦਿੰਦੇ ਆ ਆਪਣੇ ਬੋਲਾਂ ਨੂੰ ਬੜਾ ਹੀ ਜਿੱਦਾਂ ਸਾਡੇ ਭੈਣ ਜੀ ਇਤਨੇ ਸੁੰਦਰ ਬੋਲ ਬੋਲ ਕੇ ਗਏ ਆ ਕਿ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਇਸੇ ਤਰ੍ਹਾਂ ਆਪਾਂ ਗੱਲ ਕਰਦੇ ਲੋਹੜੀ ਦੀ ਕਿ ਲੋਹੜੀ ਦੀ ਧੀਆਂ ਜਿਹੜੀਆਂ ਹੁੰਦੀਆਂ ਪਿਆਰੇ ਦਰਸ਼ਕੋ ਹਮੇਸ਼ਾ ਮਾਪਿਆਂ ਲਈ ਮਾਪੇ ਕਦੀ ਧੀਆਂ ਨੂੰ ਜਿੰਨੀਆਂ ਮਰਜ਼ੀ ਧੀਆਂ ਹੋਣ ਕਦੀ ਮੱਥੇ ਵੱਟ ਨਹੀਂ ਪਾਉਂਦੇ ਪਰ ਹਾਂ ਇੱਕ ਦਿਲ ਦੇ ਵਿੱਚ ਖੁਆਇਸ਼ ਹੁੰਦੀ ਆ ਪਹਿਲਾਂ ਆਪਾਂ ਵਧੀਏ ਕੋਲ ਵੱਲ ਫਿਰ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਜੀ ਹੈਲੋ ਜੀ ਹੈਲੋ ਜੀ ਜੈ ਗੁਰਦੇਵ ਭੈਣ ਜੀ ਧੰਨ ਗੁਰਦੇਵ ਜੀ ਆਓ ਜੀ ਕੌਣ ਅਤੇ ਕਿੱਥੋਂ ਬੋਲਦੇ ਹੋ ਕ੍ਰਿਸ਼ਨਾ ਜੀ ਜੈ ਗੁਰਦੇਵ ਸਾਰੇ ਸੁਣਨ ਵਾਲਿਆਂ ਨੂੰ ਜੀ ਸਾਰੇ ਕਾਂਛੀ ਟੀਵੀ ਦੀ ਟੀਮ ਨੂੰ ਸਭ ਨੂੰ ਜੈ ਗੁਰਦੇਵ ਧੰਨਵਾਦ ਹੈਪੀ ਲੋਹੜੀ ਥੈਂਕ ਯੂ ਜੀ ਧੰਨ ਗੁਰਦੇਵ ਜੀ ਤੁਹਾਨੂੰ ਸਾਰਿਆਂ ਨੂੰ ਹੈਪੀ ਲੋਹੜੀ ਸਾਰਿਆਂ ਨੂੰ ਹੈਪੀ ਹੈਪੀ ਚੰਗਾ ਚੰਗਾ ਸਾਲ ਆਵੇ ਜੀ 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 ਕੀ ਕਹਿਣਾ ਚਾਹੋਗੇ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਸਾਰੇ ਆਪਾਂ ਲੋਹੜੀ ਕਿੱਦਾਂ ਮਨਾਉਂਦੇ ਆ ਬਹੁਤ ਸੋਹਣਾ ਲੱਗਦਾ ਆ ਜੀ ਇੰਡੀਆ ਦੀਆਂ ਵੀ ਗੱਲਾਂ ਸੁਣ ਕੇ ਚੇਤਾ ਹੁੰਦਾ ਆ ਹਨਾ ਜੀ ਭੈਣ ਜੀਆਂ ਸਾਰੀਆਂ ਦੱਸ ਕੇ ਗਈਆਂ ਗੱਲਾਂ ਜੀ ਤੇ ਅਸੀਂ ਵੀ ਇੱਥੇ ਮਨਾਈ ਦੀ ਸੀ ਲੋਹੜੀ ਇੰਡੀਆ ਜੀ ਤੇ ਨਿਆਣੇ ਅਨਮੈਰਿਡ ਮੁੰਡੇ ਕੁੜੀਆਂ ਉਹ ਤਾਂ ਲੋਹੜੀ ਵਾਲੇ ਦਿਨ ਜਾਂ ਇੱਕ ਦੋ ਦਿਨ ਪਹਿਲਾਂ ਬਸ ਮੇਰੇ ਡੈਡੀ ਹੁਣ ਵੀ ਲੋਹੜੀ ਪਾ ਦਿੰਦੇ ਸੀ ਤੱਕੜੀ ਨਾਲ ਜੋਖ ਕੇ ਗੁੜ ਦਿੰਦੇ ਸੀ ਜੀ 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 ਨਾਲ ਪੈਸੇ ਦਿੰਦੇ ਸੀਗੇ ਜੀ ਸਾਰੇ ਖੁਸ਼ ਹੁੰਦੇ ਸੀਗੇ ਨਾਲੇ ਮੰਮ ਵੀ ਤੇ ਹੋਰ ਵੀ ਲੇਡੀਜ਼ ਅਸੀਂ ਵਿੱਚ ਪੜ ਪੜ ਕੇ ਦੇਖਦੇ ਹੁੰਦੇ ਸੀ ਨੱਚਦੇ ਵੀ ਹੁੰਦੇ ਸੀ ਜੀ 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 ਲੋਹੜੀ ਤੇ ਗਿੱਧਾ ਵੀ ਪਾਉਂਦੇ ਅਸੀਂ ਦੀਦੀਆਂ ਅੱਛਾ ਜੀ ਤੁਸੀਂ ਵੀ ਵਿੱਚ ਹਿੱਸਾ ਲੈਂਦੇ ਸੀ ਅਸੀਂ ਤਾਂ ਹਜੇ ਨਿਆਣੇ ਹੁੰਦੇ ਸੀ ਜੀ ਜੀ ਹਾਂ
मैं कली भैन होंगी सी मैं मोहरे हो जाना मेरे न मेरा भरा मैं तो छोटा हूं सी ओरी भी बाह खर्जो होंगी सी मैं जी जो थोड़ी बार दिन घर भी नहीं सी होंगे पढ़ते जो बार होस्टल जी 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 हूं भी चलता सारे हूं भी किदा मेरे भतीजे हुए टुकड़ा भर के लड्डू का लेके जाते जी जी पांच पांच लड्डू सत सत इदा दिंदे सारे अपने घर जिदा बंड दे लड्डू फिर जन जी हूं भी बतेरा करते जी 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 लड्डू चलते जी 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 एंजॉय कर दे ना इंडिया दी गल कर दे तुसी जी 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 सारे एंजॉय कर दे मैं मर गया छोटा जा पता हां जी हां जी बोलो दीदियां हम नवे लोहड़ी के गाने भी आई जाते हैं हां जी मसा लिया मेरी जान अज दे मसा लिया मेरी जान अज दे मसा लिया दादी ए दी सगन मनावे बाबा बंडे कोड़ रोड़ी अज दिन मसा लिया मेरे जान अज दिन मसा लिया इदा करके होवे मुंडा होवे सारियां दी लोहड़ी मनांदे आ जी 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 गाना बाबे तो शुरू हुंदा फिर अगे डैडी चाचे ताए सारे आंदे आ जी हरेक वीक आया करो अपनी गलबात बुलंद करया करो जैगरदेव ते धन गुरदेव भैन मेरी ये साडे कृष्णा जी बहुत सोहणियां गल्लां करके गए आ जिस तरह वो बचपन दे विच लोहड़ी मनाउंदे सी ते नाल वह छोटा जिहा गाणा भी कह के गए आ कि ये जिहड़े दिन आ बड़े भागा वाले हुंदे आ। प्यारे दर्शको जिस तरह आपां बदलाव की गल करते हाँ बदलाव तो हमेशा आउंदा आ ते आउंदा रहेगा पर एक गल असी कहांगे कि बदलाव दे विच जिद्दां मर्जी तुसी क्योंकि लड़कियां दी भी लोहड़ी चाहीदी आ तां लड़कियां दी भी ये नहीं हैगा बे दोनों चीज़ां इक्को जिहियां दोनों चीज़ां दे नाल ये दुनिया चलदी आ। जे कल्लियां धीआं होण फिर भी दुनिया नहीं चलनी जे कल्ले पुत्र होण फिर भी दुनिया नहीं चलनी दोनों ही चीज़ा होणगियां वो कुदरत की जिहड़ी रहमत आ जिहड़े कुदरत ने रिवाज बनाए आ वह बड़े कोई बदल नहीं सकता क्योंकि वह जिहड़े कुदरत का नेम आ ना उहनू हमेशा सल्यूट करो हमेशा शुकराना करो वह कुदरत का। तो अज जे लड़कियां दी लोहड़ी पाउंदे चंगी गल आ पर जिथे प्यार अजक जे देखा जाए तो लड़कियां की लोहड़ी पाते आदके परिवार बहुत सारिया थावान पर बहुत सारे आप गलों बात सुनते हैं समाज के विचरद समाज दलांबात भी सुनते हैं जोड़े रिश्ते बनते आ सहरे तो पेके परिवार ना बनते प्यारे दर्शकों
अजकल धियां दा ज़्यादा बोलबाला ते पर रिश्तियां दे विच उतना प्यार नहीं है, ये सच्चाई आ। अजकल दे भैणां भरावां दे विच किते होवेगा ये नहीं वी सच्चाई जां प्यार खत्म हो जाता, खत्म नहीं हुंदी कोई भी चीज़, हमेशा रहिंदी आ। पर जो अजकल रिश्तियां दे विच प्यार घट गया, बहुत घटिया प्यार अजकल, जे आपां नानके परिवार कहिंदे तां दादके परिवार कहिंदे आ, उन्हां दे विच तुसीं आप खुद देखो समाज दे विच, क्योंकि समाज दी गल आपां समाज दे विच रखदे आ, समाज ही इन्हां गल्लां नूं चेंज करदा आ, समाज ही इन्हां गल्लां दा सुधार लिआउंदा आ। अज दादके परिवार ते नानके परिवार कोई कोई भागां वाले आ जिहड़े रल मिल के खुशियां मनाउंदे आ ते रल मिल के बिंदे आ, पर बहुत सारे घरां दे विच दादके परिवारां नूं तां कोई हुक्म भी नहीं हैगा अपने पोते पोतियां नूं देखण दा, बहुत सारे इहो जिहे लोक आ। अज धड़ा धर डिवोर्स हो रहे आ, सिंगल पेरेंट हो रहे आ, खुशियां सारे मनाउंदे आ, धियां दी भी पुत्तरां दी भी लोहड़ी भावें उह वक्खरे ही रहिंदे आ, खुशी फिर भी हुंदी आ, पर उह रीली प्यार नहीं हुंदा, सिर्फ दिखलावा। प्यारे दर्शको, अज आपां लोहड़ी ते गलबात करदे आ। लोहड़ी दा जो त्यौहार आ बड़ा भैण भरावां दे रिश्ते दा प्यार आ, प्यार रिश्तियां दे विच, सत्कार रिश्तियां दे विच, ये आप ही पाउणा आ, होर किसी ने नहीं, बाहरों आके कुछ नहीं होना, खुद आप ही सब कुछ करना पैना आ, आप ही शुरुआत करनी पैनी। लोहड़ी दियां बहुत बहुत बधाइयां आ सारिआं नूं। तुसीं भी जे किसी ने कोई छोटी जी गल कहनी कह सकते हो, 3 मिनट अपने कोल हैगे आ। तां इस तरह आपां गल करदे कि लोहड़ी, लोहड़ी दा पहले समयां दे विच ते हुण दे समयां दे विच बहुत फर्क आ। पहले समयां दे विच प्यार ज़्यादा हुंदा सी, रिश्तियां दा सत्कार ज़्यादा हुंदा सी, एक दूजे ते माण भी हुंदा सी, भैणां दा भरावां ते माण ते भरावां दा भैणां ते माण, माँ प्यो दा सत्कार। अज है बिरले बिरले सारे ने, more than 60% घरां दे विच बिगाड़ पे हो, कोई सत्कार नहीं हैगा। प्यारे दर्शको, रल मिल के अरदास करो कि अगले साल दी लोहड़ी दे विच सारे बिछड़ियां दे मेल हो जाण। पहला वधीए कोलवाल, फिर इसे तरह गलबात जारी रखांगे, वैसे टाइम भी साडा हो गया। हैलो जी। हैलो जी भाजी, क्या बात है? धन गदेव जी, कौन ते कित्थों बोलदे हो? आ जाओ भैन जी, आ जाओ जी, 2 मिनट रहिंदे आ जाओ। ਗੁਰੂ ਗੋਬਿੰਦ ਸਿੰਘ ਤੇ ਜੜ ਦਿੰਦੀਆਂ ਸਾਹਿਬ, ਸਭ ਤੋਂ ਸਭ ਦੁਨੀਆਂ ਨੂੰ ਲੱਖ ਲੱਖ ਵਾਰੀ ਵਧਾਈਆਂ ਜੀ, ਤੇ ਨਵੇਂ ਸਾਲ ਦੀਆਂ ਤੇ ਲੋਹੜੀ ਦੀਆਂ ਵੀ ਸਾਹਿਬ ਜਗਤ ਨੂੰ ਲੱਖ ਲੱਖ ਵਧਾਈਆਂ ਜੀ, ਤੁਹਾਨੂੰ ਵੀ ਬਹੁਤ ਬਹੁਤ ਭੈਣ ਜੀ। ਹਾਂਜੀ, ਤੇ ਲੋਹੜੀ ਦਾ ਤਾਂ ਇਹੀ ਆ ਭੈਣ ਜੀ, ਜਿਹੜੀ ਤੁਸੀਂ ਗੱਲ ਕਰਦੇ ਤਾਂ ਗੱਲ ਮੈਂ ਕਹੀ ਆ, ਜਿਹੜੀ ਤੁਸੀਂ ਨਾਨਕੇ ਦਾਦਕਿਆਂ ਦੀ ਗੱਲ ਕੀਤੀ ਜੀ, ਅੱਜ ਇਹ ਜ਼ਮਾਨਾ ਆ ਗਿਆ, ਮੈਂ ਕਿਸੇ ਦੀ ਗੱਲ ਦੀ ਇੱਦਾਂ ਨਹੀਂ ਕਰਦੀ ਤੇ ਕਦੇ ਕਿਸੇ ਦੇ, ਮੈਂ ਹਰ ਕਿਸੇ ਘਰ ਇਹ ਗੱਲ ਆ ਜੀ, ਸਮਾਜ ਦੇ ਵਿੱਚ ਜੋ ਚੱਲਦਾ ਆ, ਦਾਦਕੇ ਬੱਚੇ ਤਰਸਦੇ ਹੁੰਦੇ ਆ ਜੀ, ਪੋਤੇ ਪੋਤੀਆਂ ਨੂੰ ਦੇਖਣ ਜੀ, ਬਿਲਕੁਲ ਨਾਨਕੇ ਬੈਠੇ ਉਹਨਾਂ ਦੀ ਚੜਾਈ ਹੁੰਦੀ ਕਿ ਉਹਨਾਂ ਦੀ ਧੀ ਉਹਨਾਂ ਹੁੰਦੀ ਆ, ਇਹ ਗੱਲ ਹੁੰਦੀ ਆ ਨਾ ਦਾਦਕਿਆਂ ਨੂੰ। ਹੁਣ ਮੈਂ ਇੱਦਾਂ ਨੀ, ਇਹ ਗਲਤੀਆਂ ਧੀਆਂ ਦੀਆਂ ਵੀ ਪੁੱਤਾਂ ਦੀਆਂ ਵੀ ਦੋਹਾਂ ਦੀਆਂ ਹੁੰਦੀਆਂ ਜੀ, ਸਾਰੇ ਅੱਜ ਸਾਡੀਆਂ ਮਾਮਾ ਦਾਦੀਆਂ ਸਹਾਰਦੀਆਂ ਆਈਆਂ ਜੀ, ਅਸੀਂ ਵੀ ਥੋੜੀਆਂ ਬਾਹਰੀਆਂ ਸਹਾਰੀਆਂ, ਪਰ ਜੇ ਸਹਾਰ ਕੇ ਅਸੀਂ ਇਕੱਠੇ ਹੋ ਕੇ ਨਾ ਖੁਸ਼ੀ ਮਨਾਈਏ, ਕੋਈ ਲਹਿਦੀ ਗੱਲ ਆ ਜੀ, ਉਹ ਤਾਂ ਇਹ ਗੱਲ ਆ ਨਾ। ਮੈਂ ਇਹ ਗੱਲ ਕਹਿੰਦੀ, ਧੀਆਂ ਵਾਲਿਆਂ ਨੂੰ ਫਾਇਦਾ ਨਾ ਚੱਕੋ, ਪੁੱਤੇ ਇਹਨਾਂ ਦੇ ਜਾਂ ਪੁੱਤ ਇਹਨਾਂ ਦੇ ਦੁਨੀਆਂ ਤੇ ਨੀ, ਜਾਂ ਪੁੱਤਾਂ ਨੂੰ ਅਸੀਂ ਪੁੱਛਦੀਆਂ ਨੀ ਜੀ, ਧੀਆਂ ਨੂੰ ਥੋੜੀਆਂ ਜਿਹੀਆਂ ਅਕਲਾਂ ਦੇਵੋ, ਥੋੜੀਆਂ ਜਿਹੀਆਂ ਉਹ ਵੀ ਮਾਪੇ ਤੜਪਦੇ ਜਿਹਨੇ ਪੁੱਤਾਂ ਨੂੰ ਪੈਦਾ ਕਰਕੇ ਜੀ ਆਪਣੀਆਂ ਨੂੰਹਾਂ ਘਰੀ ਲਿਆਂਦੀਆਂ, ਉਹਨਾਂ ਦੇ ਬੱਚਿਆਂ ਦੇ ਦਾਦੀਆਂ ਬਾਬਿਆਂ ਨੂੰ ਪੂਰੇ ਹੱਕ ਦੇਵੋ, ਪੂਰਾ ਹੱਕ ਜੀ। ਮੈਂ ਗੱਲ ਕਹਿਣੀ ਇਹ ਅਸੀਂ ਮਾਂ ਪੇ ਕਹਿ ਸਕਦੇ ਹਾਂ। ਥੈਂਕ ਯੂ ਭੈਣ ਮੇਰੀ, ਸਭ ਦੁਨੀਆਂ ਦੇ ਨਾਲ ਅਸੀਂ ਵੀ ਵਿੱਚੇ, ਮੈਂ ਕਿਸੇ ਨੂੰ ਜੀ ਸਾਰੇ ਸਾਰਿਆਂ ਦੀ ਜੀ 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 ਜੀ
ओके भैन मेरी धन गुरदेव ते जय गुरदेव। ये तो साढ़े गर्मी तो सुन जी बहुत सोहना विचार दे के गए आ कि जिथे नानकियां दा सत्कार है उत्थे दादकियां दा भी होना चाहिए। अज जो कुछ हुंदा समाज दे विच सब नूं पता है, किसी तो छुपया नहीं हैगा कि जो दादके परिवार आ उह तां बच्चियां नूं अपने ग्रैंड चुल्हनां नूं देखण नूं भी तरसदे आ, पर नानके परिवार जां दादके परिवार जां कोई भी आपां अरदास करदे आ कि अगले साल सारे रल मिल के लोहड़ियां मनाउण ते रल मिल के रहण, इहो जिही कोई कला मात्र हो जावे सच्चे पातशाह पिता कि सारिआं नूं एक दूजे का आदर माण सत्कार करने ते कराउणे दी सोझी आ जावे। तो प्यारे दर्शकों साडा टाइम भी अगे वध गिआ आ, जिन्हें साढ़े कुल राय उन्हां दे अपने विचार साढ़े अपने विचार, इहदे नाल कांछी टीवी का कोई लैणा देना नहीं हैगा। प्यारे दर्शकों मिलांगे नैक्सट वीक नवें टॉपिक नवी सोच नवी विचार दे नाल, तुसीं भी तैयार रखियो। आप सभनां दा रब रखा, जय गुरुदेव।